ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆ ਨੂੰ ਆਮ ਜਨਤਨ ਲੱਗਾ ਵੱਡਾ ਝਟਕਾ ਸਿੱਧਾ ਇਨਰਪੇ ਮਹਿੰਗਾ ਹੋਇਆ ਗੈਸ ਸਿਲੰਡਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਲੈਣਾ ਆਮ ਆਦਮੀ ਜੇਬ ਨੂੰ ਇੱਕ ਵਾਰ ਫਿਰ ਤੋਂ ਘਾਰਾ ਚਟਕਾ ਲੱਗਾ ਹੈ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਕਿਰੈਲ ਰਸੋਈ ਗੈਸ ਸਿਲੰਡਰ ਦੀ ਕੀਮਤਾਂ 'ਤੇ ਵਾਅਦਾ ਕੀਤਾ ਹੁਣ ਦੇਸ਼ਕ ਕਿਰੈਲ ਰਸੋਈ ਗੈਸ 1000 ਰੁਪਏ ਨੂੰ ਪਾਰ ਪਹੁੰਚ ਗਿਆ ਉੱਥੇ ਹੀ ਕਿਰੈਲ ਐਲਪੀਜੀ ਦੇ ਇਲਾਵਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਕ੍ਰੇਲੂਰ ਸੋਈ ਗੈਸ ਸਿਲੰਡਰ ਦੀ ਕੀਮਤ ₹3.50 ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਦੇਸ਼ ਚ ਕ੍ਰੇਲੂਰ ਸੋਈ ਗੈਸ ਦੀ ਸਿਲੰਡਰ ₹1000 ਨੂੰ ਪਾਰ ਕਰ ਗਿਆ ਹੈ ਕ੍ਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਹੋਣ ਤੋਂ ਬਾਅਦ ਦਿੱਲੀ ਤੇ ਮੁੰਬਈ ਵਿੱਚ 14.2 ਕਿਲੋ ਵਾਲੇ ਸੋਈ ਗੈਸ ਸਿਲੰਡਰ ਦੀ ਕੀਮਤ ₹1000 ਕੋਲਕਾਤਾ ਚ ₹1029 ਚ ਨਈ ਚ ₹1018.5 ਬੈਸ ਤੇ ਹੋ ਗਿਆ ਕ੍ਰੇਲੂਰ ਸੋਈ ਗੈਸ ਤੋਂ ਇਲਾਵਾ ਵਪਾਰਕ ਐਲਪੀਜੀ ਸਿਲੰਡਰ ਵੀ ₹8 ਮਹਿੰਗਾ ਹੋ ਗਿਆ ਹੈ ਵੀਰਵਾਰ 19 ਕਿਲੋ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2354 ਰੁਪਏ ਕਲਕੱਤਾ 'ਚ 2454 ਮੁੰਬਈ 'ਚ 2300 ਤੇ ਚੇਨਈ ਵਿੱਚ 2570 ਇਸ ਦੇ ਨਾਲ ਹੀ ਖਬਰਾਂ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ